ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਆਪਾਂ ਪ੍ਰੀ ਪ੍ਰਾਇਮਰੀ ਦੀਆਂ 8393 ਪੋਸਟਾਂ ਜੇਲ ਵਾਰਡਨ ਦੀਆਂ ਪੋਸਟਾਂ ਪੰਜਾਬ ਪੁਲਿਸ ਦੀਆਂ ਪੋਸਟਾਂ ਚਾ ਪੰਜਾਬ ਪਟਵਾਰੀ ਦੀਆਂ ਪੋਸਟਾਂ ਪੰਜਾਬ ਦੇ ਵਿੱਚ ਨਿਕਲ ਚੁੱਕੀਆਂ ਸਾਰੀਆਂ ਪੋਸਟਾਂ ਦੇ ਵਿੱਚ ਇੰਡੀਅਨ ਜੀ ਕੇ ਦੀ ਪੂਰੀ ਤਿਆਰੀ ਦੇ ਲਈ ਵਨ ਲਾਈਨਰ ਕੁਐਸਚਨ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਨ ਲਾਈਨਰ ਕੁਐਸਚਨ ਦੀ ਜਿਹੜੀ ਲੜੀ ਹੈ ਇਹ ਆਪਾਂ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਆਪਾਂ ਤੁਹਾਨੂੰ ਲਗਭਗ 1500 ਪ੍ਰਸ਼ਨ ਕਰਵਾਵਾਂਗੇ ਸੋ ਅੱਜ ਦਾ ਇਹ ਜਿਹੜਾ ਆਪਣਾ ਤੀਜਾ ਸੈੱਟ ਹੈ ਦੋ ਸੈੱਟ ਪਹਿਲਾਂ ਆਪਾਂ ਕਰਵਾ ਚੁੱਕੇ ਆ ਜੋ ਤੁਸੀਂ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਅੱਜ ਦਾ ਪ੍ਰਸ਼ਨ ਪ੍ਰਸ਼ਨ ਨੰਬਰ 1 ਅੰਤਰਰਾਸ਼ਟਰੀ ਮੈਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਦੋਸਤੋ ਅੰਤਰਰਾਸ਼ਟਰੀ ਮੈਲਾ ਦਿਵਸ ਜਿਹੜਾ 8 ਮਾਰਚ ਨੂੰ ਮਨਾਇਆ ਜਾਂਦਾ ਹੈ ਵੇਰੀ ਇੰਪੋਰਟੈਂਟ ਪ੍ਰਸ਼ਨ ਹੈ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 2 ਕਾਲਾਹਰੀ ਮਾਰੂਥਲ ਕਿਹੜੇ ਮਹਾਦੀਪ ਵਿੱਚ ਹੈ ਕਾਲਾਹਰੀ ਮਾਰੂਥਲ ਅਮਰੀਕਾ ਅਫਰੀਕਾ ਮਹਾਦੀਪ ਦੇ ਵਿੱਚ ਹੈ ਜੀ ਜੇਕਰ ਥਾਰ ਮਾਰੂਥਲ ਪੁੱਛ ਲਿਆ ਜਾਵੇ ਉਹ ਏਸ਼ੀਆ ਮਹਾਦੀਪ ਦੇ ਵਿੱਚ ਹੈ ਅਗਲਾ ਪ੍ਰਸ਼ਨ ਦੇਖਦੇ ਆਂ ਦੋਸਤੋ ਪ੍ਰਸ਼ਨ ਨੰਬਰ 3 ਚਿੱਟਾ ਹਾਥੀ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਚਿੱਟਾ ਹਾਥੀ ਜਿਹੜਾ ਜੀ ਉਹ ਥਾਈਲੈਂਡ ਦੇ ਵਿੱਚ ਪਾਇਆ ਜਾਂਦਾ ਹੈ ਜੇਕਰ ਦੋਸਤੋ ਪੁੱਛ ਲਿਆ ਜਾਵੇ ਵੀ ਸਭ ਤੋਂ ਵੱਧ ਹਾਥੀ ਕਿਹੜੇ ਦੇਸ਼ ਵਿੱਚ ਪਾਏ ਜਾਂਦੇ ਨੇ ਤਾਂ ਸਭ ਤੋਂ ਵੱਧ ਹਾਥੀ ਇਹ ਦੇਸ਼ ਹੈ ਜੀ ਬੋਰਡ ਸਵਾਨਾ ਦੇਸ਼ ਹੈ ਉੱਥੇ ਸਭ ਤੋਂ ਵੱਧ ਹਾਥੀ ਹਾਥੀ ਪਾਏ ਜਾਂਦੇ ਨੇ ਬੋਰਡਸ ਵਾਨਾ ਇਹ ਸਥਾਨ ਹੈ ਜਿੱਥੇ ਸਭ ਤੋਂ ਵੱਧ ਹਾਥੀ ਮਿਲਦੇ ਨੇ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 4 ਸਭ ਤੋਂ ਵੱਧ ਦੇਸ਼ ਕਿਹੜੇ ਮਹਾਦੀਪ ਵਿੱਚ ਨੇ ਦੋਸਤੋ ਅਫਰੀਕਾ ਮਹਾਦੀਪ ਅਜਿਹਾ ਮਹਾਦੀਪ ਹੈ ਜਿੱਥੇ ਸਭ ਤੋਂ ਵੱਧ ਦੇਸ਼ ਨੇ ਜੇਕਰ ਦੋਸਤੋ ਪੁੱਛ ਲਿਆ ਜਾਵੇ ਵੀ ਸਭ ਤੋਂ ਵੱਡਾ ਮਹਾਦੀਪ ਵੱਡਾ ਜਿਹੜਾ ਜੀ ਉਹ ਹੈ ਏਸ਼ੀਆ ਯਾਦ ਰੱਖਣਾ ਹੈ ਇਹ ਬਰੀ ਇੰਪੋਰਟੈਂਟ ਪ੍ਰਸ਼ਨ ਹੈ ਜੇ ਪੁੱਛ ਲਿਆ ਜਾਵੇ ਛੋਟਾ ਤਾਂ ਛੋਟਾ ਜੀ ਆਸਟ੍ਰੇਲੀਆ ਆਸਟ੍ਰੇਲੀਆ ਇਸ ਰਿਲੇਟ ਕਰਕੇ ਯਾਦ ਰੱਖਣਾ ਤੁਸੀਂ ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਪ੍ਰਸ਼ਨ ਨੰਬਰ 5 ਕਿਸ ਦੇਸ਼ ਵਿੱਚ ਸਭ ਤੋਂ ਵੱਧ ਝੀਲਾਂ ਨੇ ਦੋਸਤੋ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਝੀਲਾਂ ਨੇਗੀਆਂ ਜੇਕਰ ਪੁੱਛ ਲਿਆ ਜਾਵੇ ਵੀ ਤਾਜੇ ਪਾਣੀ ਦੀ ਝੀਲ ਕਿਹੜੀ ਹੈ ਜਿਹੜੀ ਦੋਸਤੋ ਤਾਜੇ ਪਾਣੀ ਵਾਲੀ ਹੈ ਉਹ ਹੈ ਜੀ ਬੇਕਾਲ ਬੇਕਾਲ ਝੀਲ ਹੈ ਤਾਜੇ ਪਾਣੀ ਦੀ ਜੇਕਰ ਪੁੱਛ ਲਿਆ ਜਾਵੇ ਮਿੱਠੇ ਪਾਣੀ ਵਾਲੀ ਜਿਹੜੀ ਮਿੱਠੇ ਵਾਲੀ ਵਾਲੀ ਹੈ ਜੀ ਇਹ ਹੈ ਜੀ ਸੁਪੀਰੀਅਰ ਝੀਲ ਸੁਪੀਰੀਅਰ ਕਰਕੇ ਯਾਦ ਰੱਖਣਾ ਜੇਕਰ ਪੁੱਛ ਲਿਆ ਜਾਵੇ ਡੂੰਗੀ ਝੀਲ ਸੋ ਜਿਹੜੀ ਡੂੰਗੀ ਝੀਲ ਹੈ ਦੋਸਤੋ ਉਹ ਹੈਗੀ ਜੀ ਆਪਣੀ ਮਾਨਸਰੋਵਰ ਝੀਲ ਜਿਹੜੀ ਤਿੱਬਤ ਦੇ ਵਿੱਚ ਹੈ ਮਾਨਸਰੋਵਰ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 6 ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ ਦੋਸਤੋ ਸੰਸਾਰ ਦਾ ਸਭ ਤੋਂ ਵੱਡਾ ਟਾਪੂ ਜਿਹੜਾ ਗ੍ਰੀਨਲੈਂਡ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 7 ਕਿਸ ਮਹਾਦੀਪ ਵਿੱਚ ਕੋਈ ਵੀ ਮਾਰੂਥਲ ਨਹੀਂ ਹੈ ਸੋ ਯੂਰਪ ਦੇ ਵਿੱਚ ਯੂਰਪ ਅਜੇਹਾ ਮਹਾਦੀਪ ਹੈ ਜਿੱਥੇ ਕੋਈ ਵੀ ਮਾਰੂਥਲ ਨਹੀਂ ਹੈ ਯੂਰਪ ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਆ ਗੂਗਲ ਦਾ ਮੁੱਖ ਦਫਤਰ ਜਾਂ ਹੈੱਡਕੁਆਟਰ ਕਿੱਥੇ ਸਥਿਤ ਹੈ ਕੈਲੋ ਕੈਲਿਫੋਰਨੀਆ ਅਮਰੀਕਾ ਦੇ ਵਿੱਚ ਜਿਹੜਾ ਗੂਗਲ ਦਾ ਹੈੱਡਕੁਆਟਰ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆ ਪ੍ਰਸ਼ਨ ਨੰਬਰ 9 ਮੈਸੋਪੋਟਾਮੀਆ ਨੂੰ ਹੁਣ ਕੀ ਕਿਹਾ ਜਾਂਦਾ ਹੈ ਦੋਸਤੋ ਮੈਸੋਪੋਟਾਮੀਆ ਜਿਹੜੀ ਇਹ ਆਪਣੀ ਹੜੱਪਾ ਹੜੱਪਿਆ ਸਭਤਾ ਦੇ ਨਾਲ ਸਿੱਧੂ ਕਾਟੀ ਦੀ ਸਭਤਾ ਦੇ ਇਹ ਬਰਾਬਰ ਦੇ ਸਮੇਂ ਦੀਆਂ ਇਹ ਸਭਤਾਵਾਂ ਸਨ ਮੈਸੋਪੋਟਾਮੀਆ ਦੀ ਸਭਤਾ ਇਹ ਨੂੰ ਹੁਣ ਇਰਾਕ ਕਿਹਾ ਜਾਂਦਾ ਪ੍ਰਸ਼ਨ ਨੰਬਰ 10 ਦੇਖਦੇ ਹਾਂ World Bank ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਹੈ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਅਮੇਰ ਅਮਰੀਕਾ ਦੇ ਵਿੱਚ ਪ੍ਰਸ਼ਨ ਨੰਬਰ 11 ਤਰਤੀ ਦਿਵਸ ਕਦੋਂ ਬਣਾਇਆ ਜਾਂਦਾ ਹੈ ਦੋਸਤੋ ਤਰਤੀ ਦਿਵਸ ਜਿਹੜਾ 22 ਅਪ੍ਰੈਲ ਨੂੰ ਬਣਾਇਆ ਜਾਂਦਾ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 12 ਸੰਸਾਰ ਦੇ ਕਿਹੜੇ ਮਾਰੂਥਲ ਵਿੱਚ ਸਭ ਤੋਂ ਵੱਧ ਆਬਾਦੀ ਪਾਈ ਜਾਂਦੀ ਹੈ ਜਿਹੜਾ ਥਾਰ ਮਾਰੂਥਲ ਹੈ ਏਸ਼ੀਆ ਦਾ ਇੱਥੇ ਸਭ ਤੋਂ ਵੱਧ ਆਬਾਦੀ ਪਾਈ ਜਾਂਦੀ ਹੈ ਜੀ ਪ੍ਰਸ਼ਨ ਨੰਬਰ 13 ਵਿਸ਼ਵ ਦੀ ਸੱਤ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਵਿਸ਼ਵ ਦੀ ਸੱਤ ਜਿਹੜਾ ਤਿੱਬਤ ਨੂੰ ਕਿਹਾ ਜਾਂਦਾ ਜੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬਹੁਤ ਸਾਰੇ ਪੇਪਰਾਂ ਵਿੱਚ ਪੁੱਛਿਆ ਗਿਆ ਪ੍ਰਸ਼ਨ ਆ ਇਹ ਅਗਲਾ ਪ੍ਰਸ਼ਨ ਦੇਖਦੇ ਹਾਂ ਥਾਰ ਦਾ ਮਾਰੂਥਲ ਕਿਹੜੇ ਦੇਸ਼ ਵਿੱਚ ਹੈ ਦੋਸਤੋ ਥਾਰ ਦਾ ਮਾਰੂਥਲ ਜਿਹੜਾ ਹੈ ਭਾਰਤ ਦੇ ਵਿੱਚ ਹੈ ਜੀ ਜੇ ਪੁੱਛ ਲਿਆ ਜਾਵੇ ਵੀ ਇਹ ਕਿਹੜੇ ਮਹਾਦੀਪ ਵਿੱਚ ਹੈ ਤਾਂ ਇਹ ਏਸ਼ੀਆ ਦੇ ਵਿੱਚ ਪੈਂਦਾ ਜੀ ਆਪਾਂ ਅੱਗੇ ਪ੍ਰਸ਼ਨ ਕਰ ਚੁੱਕੇ ਹਾਂ ਥਾਰ ਦੇ ਮਾਰੂਥਲ ਦੇ ਵਿੱਚ ਸਭ ਤੋਂ ਵੱਧ ਆਬਾਦੀ ਪਾਈ ਜਾਂਦੀ ਹੈ ਇੱਥੇ ਪ੍ਰਸ਼ਨ ਨੰਬਰ 15 ਤੇਰੀ ਡੈਮ ਨਦੀ ਘਾਟੀ ਯੋਜਨਾ ਕਿਸ ਰਾਜ ਵਿੱਚ ਸਥਿਤ ਹੈ ਇਹ ਉੱਤਰਾਖੰਡ ਦੇ ਵਿੱਚ ਹੈ ਜੀ ਇਹ ਸਭ ਤੋਂ ਉੱਚਾ ਡੈਮ ਹੈ ਜੀ ਤੇਰੀ ਡੈਮ ਪ੍ਰਸ਼ਨ ਨੰਬਰ 16 ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਜੀ ਖੇਤਰਫਲ ਪੱਖੋਂ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਜੀ ਉਹ ਰੂਸ ਹੈ ਜੇ ਪੁੱਛ ਲਿਆ ਜਾਵੇ ਵੀ ਛੋਟਾ ਦੇਸ਼ ਕਿਹੜਾ ਹੈ ਟੌਪ ਆ ਪਹਿਲਾਂ ਵਾਲੇ ਸੈੱਟ ਦੇ ਵਿੱਚ ਕਰਿਆ ਸੀਗਾ ਵਰਟੀਕਲ ਸਿਟੀ ਇਹ ਸੀ ਜੀ ਵਰਟੀਕਲ ਸਿਟੀ ਇਹ ਸਭ ਤੋਂ ਛੋਟਾ ਹੈ ਰੂਸ ਸਾਰਿਆਂ ਤੋਂ ਵੱਡਾ ਦੇਸ਼ ਹੈ ਪ੍ਰਸ਼ਨ ਨੰਬਰ 17 ਕਰਦੇ ਹਾਂ ਜਨਸੰਖਿਆ ਪੱਖੋਂ ਸੰਸਾਰ ਵਿੱਚ ਪਹਿਲੇ ਨੰਬਰ ਤੇ ਕਿਹੜਾ ਦੇਸ਼ ਹੈ ਜਨਸੰਖਿਆ ਸਭ ਤੋਂ ਵੱਧ ਹੈ ਇੱਥੇ ਉਹ ਚੀਨ ਦੇ ਵਿੱਚ ਹੈ ਜੀ ਭਾਰਤ ਆ ਜਿਹੜਾ ਉਹ ਜਨਸੰਖਿਆ ਦੀ ਦ੍ਰਿਸ਼ਟੀ ਤੋਂ 2 ਨੰਬਰ ਤੇ ਆਉਂਦਾ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 18 ਸੰਸਾਰ ਦੇ ਸਭ ਤੋਂ ਵੱਡੇ ਮਹਾਸਾਗਰ ਦਾ ਨਾਮ ਏ ਹੈ ਜੀ ਪ੍ਰਸ਼ਾਂਤ ਮਹਾਸਾਗਰ ਜੇਕਰ ਦੋਸਤੋ ਇਹਦਾ ਆਕਾਰ ਪੁੱਛ ਲਿਆ ਜਾਵੇ ਪ੍ਰਸ਼ਾਂਤ ਮਹਾਸਾਗਰ ਦਾ ਆਕਾਰ ਇਹ 0 ਆਕਾਰ ਦਾ ਹੈ ਜੀ 0 ਆਕਾਰ ਦਾ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 19 ਉਸ ਪਹਿਲੀ ਔਰਤ ਦਾ ਨਾਮ ਦੱਸੋ ਜੋ ਮਾਉਂਟ ਐਵਰੇਸਟ ਚੋਟੀ ਤੇ ਦੋ ਵਾਰ ਚੜੀ ਸੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਮਾਉਂਟ ਆਈਵਰੇਸਟ ਤੇ ਦੋ ਵਾਰ ਚੜਨ ਵਾਲੀ ਔਰਤ ਸੀ ਜਿਹੜੀ ਸੰਤੋਸ਼ ਜਾਦਵ ਸੀ ਜੀ। ਜੇ ਪਰ ਪਹਿਲੀ ਵਾਰ ਚੜਨ ਵਾਲੀ ਪੁੱਛਿਆ ਜਾਵੇ ਔਰਤ ਉਹ ਸੀ ਜੀ ਬਸ਼ੇਂਦਰੀ ਪਾਲ। ਬਸ਼ੇਂਦਰੀ ਪਾਲ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ B 2018 ਵਿੱਚ ਫੁੱਟਵਾਲ ਫੁੱਟਵਾਲ ਦਾ FIFA ਵਿਸ਼ਵ ਕੱਪ ਕਿਸ ਦੇਸ਼ ਵਿੱਚ ਹੋਇਆ ਸੀ ਇਹ ਹੋਇਆ ਸੀ ਜੀ ਰੂਸ ਦੇ ਵਿੱਚ ਜੇ ਯਾਰ 2021 ਵਾਲਾ ਪੁੱਛ ਲਿਆ ਜਾਵੇ 2021 ਵਾਲਾ ਹੋਊਗਾ ਜੀ ਦਸੰਬਰ ਦੇ ਵਿੱਚ ਜਾਪਾਨ ਚ ਜਾਪਾਨ ਚ ਹੋਣਾ 2021 ਵਾਲਾ ਫੁੱਟਵਾਲ ਦਾ FIFA ਵਿਸ਼ਵ ਕੱਪ ਅਗਲਾ ਪ੍ਰਸ਼ਨ ਦੇਖਦੇ ਆਂ ਪ੍ਰਸ਼ਨ ਨੰਬਰ 21 ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਖਾ ਕਿਹੜੀ ਪ੍ਰਕਾਰ ਦੀ ਵਰਖਾ ਹੁੰਦੀ ਹੈ ਇਹ ਹੁੰਦੀ ਹੈ ਜੀ ਮਾਨਸੂਨੀ ਵਰਖਾ ਭਾਰਤ ਵਿੱਚ ਸਭ ਤੋਂ ਵੱਧ ਮਾਨਸੂਨੀ ਵਰਖਾ ਹੁੰਦੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆ 22 ਨੰਬਰ ਵਿਸ਼ਵ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦਾ ਨਾਮ ਦੱਸੋ ਇੱਥੇ ਯਾਦ ਰੱਖਣਾ ਜੀ ਕਈ ਵਾਰ ਅਸੀਂ ਟਿੱਕ ਲਾਉਣ ਲੱਗੇ ਗਲਤੀ ਕਰ ਜਾਂਦੇ ਆ ਇਹ ਵਿਸ਼ਵ ਦੀ ਪੁੱਛਿਆ ਪਹਿਲੀ ਪ੍ਰਧਾਨ ਮੰਤਰੀ ਐਸ ਭੰਡਾਰ ਨਾਇਕੀ ਹੈ ਜੀ ਜੇ ਭਾਰਤ ਦੀ ਪੁੱਛ ਲਿਆ ਜਾਵੇ ਭਾਰਤ ਦੀ ਤਾਜਿੰਦਰਾ ਗਾਂਧੀ ਜੀ ਪਹਿਲੀ ਪ੍ਰਧਾਨ ਮੰਤਰੀ ਸੋ ਇੱਥੇ ਵਿਸ਼ਵ ਦਾ ਬੇਸਿਕ ਦਾ ਪੁੱਛਿਆ ਸੀ ਇਹ ਸੀ ਐਸ ਭੰਡਾਰ ਨਾਇਕੇ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 23 ਪਾਇਰਾਮਿਡ ਕਿਸ ਦੇਸ਼ ਵਿੱਚ ਹਨ ਇਹ ਹਨ ਜੀ ਮਿਸਰ ਦੇ ਵਿੱਚ ਅਗਲਾ ਪ੍ਰਸ਼ਨ ਤਾਰਿਆਂ ਦੇ ਸਮੂਹ ਨੂੰ ਕਿਹਾ ਜਾਂ ਕੀ ਕਿਹਾ ਜਾਂਦਾ ਹੈ ਤਾਰਿਆਂ ਦੇ ਸਮੂਹ ਨੂੰ ਤਾਰਾ ਮੰਡਲ ਕਿਹਾ ਜਾਂਦਾ ਜੀ ਪ੍ਰਸ਼ਨ ਨੰਬਰ 25 ਸੂਰਜ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ ਸੋ ਦੋਸਤੋ ਸੂਰਜੀ ਪਰਿਵਾਰ ਦੇ ਵਿੱਚ ਅੱਠ ਗ੍ਰਹਿ ਨੇ ਪਹਿਲਾਂ ਨੌ ਹੁੰਦੇ ਸੀਗੇ ਪਲੂਟੋ ਐ ਜਿਹੜਾ ਉਹਨੂੰ 2006 ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਹੁਣ ਇੱਥੇ ਅੱਠ ਗ੍ਰਹਿ ਨੇ ਜੀ ਪ੍ਰਸ਼ਨ ਨੰਬਰ 26 ਧਰਤੀ ਆਪਣੇ ਤੁਰੇ ਦਿਵਾਲੇ ਕਿਹੜੀ ਦਿਸ਼ਾ ਵੱਲ ਘੁੰਮਦੀ ਹੈ ਏ ਘੁੰਮਦੀ ਹੈ ਜੀ ਪੱਛਮ ਤੋਂ ਪੂਰਬ ਵੱਲ ਐਂਟੀ ਕਲੌਕਵਾਈਜ਼ ਵੀ ਕਹਿ ਸਕਦੇ ਆ ਪ੍ਰਸ਼ਨ ਨੰਬਰ 27 ਕਿਹੜੀ ਕਲਪਿਤ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਇਹ ਬਣਦੀ ਹੈ ਜੀ ਭੂਮੱਧ ਰੇਖਾ ਭੂਮੱਧ ਰੇਖਾ ਜਿਹੜੀ ਇਹ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਜੇ ਪੁੱਛ ਲਿਆ ਜਾਵੇ ਵੀ ਭਾਰਤ ਨੂੰ ਦੋ ਬਰਾਬਰ ਭਾਗਾਂ ਵਿੱਚ ਜਾਂ ਭਾਰਤ ਵਿਚਕਾਰ ਓਲੰਗਣ ਵਾਲੀ ਕਿਹੜੀ ਰੇਖਾ ਹੈ ਉਹ ਹੈ ਜੀ ਮਕਰ ਰੇਖਾ ਕਰ ਕਰ ਮਕਰ ਰੇਖਾ ਜੀ ਉਹ ਸੌਰੀ ਮਾਫ ਕਰਨਾ ਮਕਰ ਰੇਖਾ ਸੌਰੀ ਇੱਥੇ ਇੱਥੇ ਗਲਤੀ ਹੋ ਗਈ ਹੈ ਇੱਕ ਉਹ ਮੱਧ ਰೇಖਾ ਜਿਹੜੀ ਇਹ ਦੁਨੀਆ ਨੂੰ ਧਰਤੀ ਨੂੰ ਬਰਾਬਰ ਚ ਵੰਡਦੀ ਆ ਜਿਹੜੀ ਕਰਕ ਰੇਖਾ ਜੀ ਕਰਕ ਰੇਖਾ ਉਹ ਭਾਰਤ ਦੇ ਵਿੱਚ ਕਿੱਥੇ ਲੰਘਦੀ ਆ ਜਿਹੜੀ ਮਕਰ ਰੇਖਾ ਉਹ ਜਿਹੜੀ ਆ ਜੀ ਪੱਛਮ ਵਾਲੇ ਪਾਸਿਓਂ ਧਰਤੀ ਨੂੰ ਵੰਡਦੀ ਆ ਅਗਲਾ ਪ੍ਰਸ਼ਨ ਦੇਖਦੇ ਆ ਪ੍ਰਸ਼ਨ ਨੰਬਰ 28 ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਉਸ ਨੂੰ ਉਸ ਵੇਲੇ ਕਿਹੜਾ ਗ੍ਰਹਿਣ ਲੱਗਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹ ਜਦੋਂ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਚੰਨ ਗ੍ਰਹਿਣ ਲੱਗਦਾ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 29 ਸਭ ਤੋਂ ਪਹਿਲੀ ਬੁਲੇਟ ਟ੍ਰੇਨ ਕਿਸ ਦੇਸ਼ ਨੇ ਚਲਾਈ ਇਹ ਚਲਾਈ ਸੀ ਜੀ ਜਾਪਾਨ ਨੇ ਬੁਲਟ ਟ੍ਰੇਨ ਦੀ ਜਿਹੜੀ ਜੀ ਰਫ਼ਤਾਰ ਸੀ ਉਹ ਲਗਭਗ 500 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸੀਗੀ ਪ੍ਰਸ਼ਨ ਨੰਬਰ 30 ਵਿਸ਼ਵ ਵਾਤਾਵਰਣ ਦਿਵਸ ਕਦੋਂ ਬਣਾਇਆ ਜਾਂਦਾ ਹੈ ਵੈਰੀ ਇੰਪੋਰਟੈਂਟ ਪ੍ਰਸ਼ਨ ਇਹ ਬਣਾਇਆ ਜਾਂਦਾ ਜੀ 5 ਜੂਨ ਨੂੰ ਸੋ ਗਾਇਜ਼ ਇਹ ਸਨ 30 ਵੈਰੀ ਇੰਪੋਰਟੈਂਟ ਵਨ ਲਾਈਨਰ ਕੁਐਸਚਨ ਇੰਡੀਅਨ ਜੀਕੇ ਦਾ ਜਿਹੜਾ ਆਪਾਂ ਪੋਰਸ਼ਨ 1500 ਪ੍ਰਸ਼ਨਾਂ ਦਾ ਸ਼ੁਰੂ ਕੀਤਾ ਉਸ ਦਾ ਇਹ ਅੱਜ ਤੀਜਾ ਸੈੱਟ ਸੀ ਸੋ ਗਾਇਜ਼ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਿਛਲੀਆਂ ਵੀਡੀਓਜ਼ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇਖਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ